ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਜ਼ਬਾਤੀ ਜ਼ਿੰਦਗੀ ਸਟੋਰੀ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਬਹੁਤ ਪਸੰਦ ਆਊਗੀ। ਪੂਰੀ ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਲਿਖ ਕੇ ਦੱਸਿਓ। ਬਦਤਮੀਜ਼ੀ ਦੀ ਵੀ ਹੱਦ ਹੁੰਦੀ ਆ, ਪਤਾ ਨਹੀਂ ਕੋਈ ਸ਼ਰਮ ਲਿਹਾਜ਼ ਹੈ ਹੀ ਨਹੀਂ। ਬੰਦਾ ਹੁਣ ਕਿਤੇ ਬਾਹਰ ਵੀ ਨਾ ਜਾਵੇ, ਜਦੋਂ ਜਾਓ ਉਦੋਂ ਇਹੋ ਹੀ ਹਾਲ। 1.5 ਸਾਲਾਂ ਮੰਨੂ ਨੂੰ ਗੋਦ ਵਿੱਚ ਚੱਕੀ ਹੋਈ ਸੁਕੀਰਤ ਬੜਬੜਾਉਂਦੀ ਹੋਈ ਬਾਲਕੋਨੀ ਵਿੱਚੋਂ ਘਰ ਅੰਦਰ ਆ ਗਈ। ਉਹ ਕੀ ਹੋ ਗਿਆ ਤੇ ਇੰਨਾ ਗੁੱਸਾ ਕਿਸ ਗੱਲ ਦਾ? ਸੁਖਪ੍ਰੀਤ ਨੇ ਆਪਣੀ ਪਤਨੀ ਸੁਕੀਰਤ ਦਾ ਗੁੱਸੇ ਨਾਲ ਲਾਲ ਹੋਇਆ ਚਿਹਰਾ ਦੇਖ ਕੇ ਉਸਨੂੰ ਪੁੱਛਿਆ। ਉਹ ਸਾਹਮਣੇ ਵਾਲੀ ਬਿਲਡਿੰਗ ਦੀ 2 ਮੰਜ਼ਿਲ ਦਾ ਫਲੈਟ ਹੈਗਾ ਨਾ, ਉਸਦੀ ਬਾਲਕੋਨੀ ਵਿੱਚ ਇੱਕ ਬੁੱਢਾ ਖੜੂਸ ਜਿਹਾ ਕਈ ਦਿਨਾਂ ਤੋਂ ਮੈਨੂੰ ਘੂਰ ਰਿਹਾ, ਸੁਕੀਰਤ ਨੇ ਮੂੰਹ ਬਣਾਉਂਦਿਆਂ ਕਿਹਾ ਤੇ ਗੋਦ ਵਿੱਚੋਂ ਛੋਟੀ ਜਿਹੀ ਮੰਨੂ ਨੂੰ ਲਾ ਕੇ ਬੈੱਡ ਤੇ ਬਿਠਾ ਦਿੱਤਾ। ਇਹ ਸੁਣ ਕੇ ਸੁਖਪ੍ਰੀਤ ਨੇ ਬਾਹਰ ਬਾਲਕਨੀ ਵਿੱਚ ਜਾ ਕੇ ਦੇਖਿਆ ਤਾਂ ਸਾਹਮਣੇ ਵਾਲੀ ਬਿਲਡਿੰਗ ਵਿੱਚ ਇੱਕ ਸਫੇਦ ਦਾੜੀ ਵਾਲਾ ਬਜ਼ੁਰਗ ਆਪਣੀ ਬਾਲਕਨੀ ਵਿੱਚ ਟਹਿਲਦਾ ਹੋਇਆ ਦਿਖਾਈ ਦਿੱਤਾ। ਲੱਗਦਾ ਕੋਈ ਨਵਾਂ ਪਰਿਵਾਰ ਅਜੇ ਹੁਣੇ ਹੁਣੇ ਹੀ ਆਇਆ। ਸੁਖਪ੍ਰੀਤ ਅੰਦਰ ਕਮਰੇ ਵਿੱਚ ਜਾ ਕੇ ਸੁਕੀਰਤ ਨੂੰ ਕਹਿਣ ਲੱਗਾ ਜੋ ਮੰਨੂ ਨੂੰ ਥਾਪੜ ਕੇ ਸਵਾਉਣ ਦਾ ਯਤਨ ਕਰ ਰਹੀ ਸੀ। ਹਾਂ ਅਜੇ ਤਾਂ 15-20 ਦਿਨ ਹੀ ਹੋਏ ਹਨ ਆਇਆਂ ਨੂੰ, ਪਰ ਮੈਨੂੰ ਬਾਲਕਨੀ ਵਿੱਚ ਇਕੱਲੇ ਇਸ ਬੁੜੇ ਤੋਂ ਬਿਨਾਂ ਕੋਈ ਵੀ ਦਿਖਾਈ ਨਹੀਂ ਦਿੰਦਾ। ਜਦੋਂ ਦੇਖੋ ਕਦੇ ਕੁਰਸੀ ਡਾਹ ਕੇ ਬੈਠਾ ਹੁੰਦਾ, ਕਦੇ ਟਹਿਲਦਾ ਨਜ਼ਰ ਆਉਂਦਾ, ਪਰ ਹਮੇਸ਼ਾ ਨਜ਼ਰਾਂ ਸਾਡੀ ਬਾਲਕੋਨੀ ਵੱਲ ਹੀ ਗੱਡੀਆਂ ਹੁੰਦੀਆਂ ਹਨ। ਇਹਨੂੰ ਕੋਈ ਹੋਰ ਕੰਮ ਹੈ ਨਹੀਂ ਇੱਧਰ ਝਾਕਣ ਤੋਂ ਬਿਨਾਂ। ਬੁੱਢਾ ਕਿਸੇ ਥਾਂ ਦਾ, ਆਪਣੇ ਸਫੇਦ ਵਾਲਾਂ ਦਾ, ਆਪਣੀ ਉਮਰ ਦਾ ਵੀ ਖਿਆਲ ਨਹੀਂ ਕਰਦਾ। ਸੁਕੀਰਤ ਲਗਾਤਾਰ ਬੜਬੜਾਉਂਦੀ ਜਾ ਰਹੀ ਸੀ। ਓਹੋ ਇਹਨਾਂ ਫਲੈਟਾਂ ਵਿੱਚ ਬੁੱਢੇ ਬਜ਼ੁਰਗ ਵਿਚਾਰੇ ਕੀ ਕਰਨ, ਬਸ ਉੱਪਰ ਟੰਗੇ ਰਹਿੰਦੇ ਆ, ਬਾਲਕਨੀ ਵਿੱਚ ਥੋੜ੍ਹਾ ਟਹਿਲ ਲੈਂਦੇ ਆ ਜਾਂ ਬੈਠ ਕੇ ਧੁੱਪ ਸੇਕ ਲੈਂਦੇ ਆ। ਤੂੰ ਬੇਕਾਰ ਵਿੱਚ ਹੀ ਵਿਚਾਰੇ ਬਜ਼ੁਰਗ 'ਤੇ ਗੁੱਸਾ ਕਰ ਰਹੀ ਹਾਂ, ਸੁਖਪ੍ਰੀਤ ਨੇ ਹੱਸਦੇ ਹੋਏ ਸੁਕੀਰਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਵਿਚਾਰਾ, ਮੈਂ ਕਦੇ ਇਕੱਲੀ ਜਾਂ ਮੰਨੂ ਨੂੰ ਲੈ ਕੇ ਜਦੋਂ ਵੀ ਬਾਲਕੋਨੀ ਵਿੱਚ ਜਾਂਦੀ ਹਾਂ, ਇਸ ਬੁੜੇ ਦੀਆਂ ਨਜ਼ਰਾਂ ਹਮੇਸ਼ਾ ਇੱਧਰ ਹੀ ਦੇਖਣਗੀਆਂ। ਪਹਿਲਾਂ ਤਾਂ ਕਦੇ ਮੰਨੂ ਨੂੰ ਲੈ ਕੇ ਬਾਹਰ ਖੜ੍ਹ ਜਾਂਦੀ ਸੀ, ਵਧੀਆ ਲੱਗਦਾ ਸੀ, ਹੁਣ ਤਾਂ ਬਸ ਆਪਣੇ ਘਰ ਦੀ ਕੈਦੀ ਬਣ ਗਈ ਹਾਂ। ਹੋਰ ਤਾਂ ਹੋਰ, ਸੁਕੀਰਤ ਅੱਗੇ ਕਹਿੰਦੀ ਕਹਿੰਦੀ ਰੁੱਕ ਗਈ। ਹੋਰ ਤਾਂ ਹੋਰ ਕੀ ਸੁਕੀਰਤ? ਸੁਖਪ੍ਰੀਤ ਪੂਰੀ ਗੱਲ ਸੁਣਨੀ ਚਾਹੁੰਦਾ ਸੀ। ਬਸ ਨਾ ਹੀ ਪੁੱਛੋ, ਕੱਲ੍ਹ ਸ਼ਾਮ ਤਾਂ ਉਸਨੇ ਹੱਦ ਹੀ ਕਰ ਦਿੱਤੀ, ਉਹ ਮੋਬਾਈਲ ਲੈ ਕੇ ਖੜ੍ਹਾ ਸੀ। ਸੱਚ ਕਹਾਂ ਮੈਨੂੰ ਤਾਂ ਲੱਗਿਆ ਉਸਨੇ ਚੋਰੀ ਚੋਰੀ ਮੇਰੀ ਫੋਟੋ ਵੀ ਖਿੱਚੀ ਆ, ਸੁਕੀਰਤ ਨੇ ਆਪਣਾ ਸ਼ੱਕ ਜ਼ਾਹਰ ਕਰਦਿਆਂ ਕਿਹਾ। ਕੀ? ਪਰ ਤੂੰ ਕੱਲ੍ਹ ਤਾਂ ਇਹ ਸਭ ਮੈਨੂੰ ਨਹੀਂ ਦੱਸਿਆ, ਸੁਖਪ੍ਰੀਤ ਨੇ ਹੈਰਾਨ ਹੁੰਦਿਆਂ ਪੁੱਛਿਆ। ਇਹ ਸੁਣ ਕੇ ਸੁਖਪ੍ਰੀਤ ਨੂੰ ਵੀ ਉਸ ਬਜ਼ੁਰਗ ਦੀ ਇਸ ਹਰਕਤ 'ਤੇ ਗੁੱਸਾ ਆ ਗਿਆ। ਰੁੱਕ ਜ਼ਰਾ, ਮੈਂ ਹੁਣੇ ਜਾਂਦਾ ਅਤੇ ਲਾਉਣਾ ਉਸ ਠਰਕੀ ਬੁੱਢੇ ਦੀ ਕਲਾਸ, ਸੁਖਪ੍ਰੀਤ ਨੇ ਪੈਰੀ ਜੁੱਤੀ ਪਾਉਂਦਿਆਂ ਕਿਹਾ। ਰੁਕੋ ਮੈਂ ਵੀ ਚੱਲਦੀ ਹਾਂ, ਉਸ ਬੁੱਢੇ ਦੀ ਅਜਿਹੀ ਅਕਲ ਠਿਕਾਣੇ ਲਿਆਉਂਗੀ ਕਿ ਯਾਦ ਰੱਖੂਗਾ, ਇੱਧਰ ਉੱਧਰ ਤਾੜਨਾ ਵੀ ਹਮੇਸ਼ਾ ਲਈ ਭੁੱਲ ਜਾਊਗਾ। ਉਦੋਂ ਹੀ ਕੰਮ ਵਾਲੀ ਉੱਥੇ ਆ ਗਈ। ਆ ਗਈ ਤੂੰ? ਜ਼ਰਾ ਮੰਨੂ ਦਾ ਖਿਆਲ ਰੱਖੀ, ਅਸੀਂ ਹੁਣੇ ਆਉਂਦੇ ਹਾਂ, ਕਹਿ ਕੇ ਦੋਨੋਂ ਤੇਜ਼ੀ ਨਾਲ ਹੇਠਾਂ ਉਤਰੇ ਅਤੇ ਗੁੱਸੇ ਵਿੱਚ ਸਾਹਮਣੇ ਵਾਲੀ ਬਿਲਡਿੰਗ ਵਿੱਚ ਰਹਿਣ ਵਾਲੇ ਬਜ਼ੁਰਗ ਦੇ ਫਲੈਟ ਦੀਆਂ ਪੌੜੀਆਂ ਚੜ੍ਹ ਗਏ। ਬੈੱਲ ਵਜਾਉਣ 'ਤੇ ਦਰਵਾਜ਼ਾ ਬਜ਼ੁਰਗ ਨੇ ਹੀ ਖੋਲ੍ਹਿਆ। ਉਹਨਾਂ ਨੂੰ ਦੇਖ ਕੇ ਬਜ਼ੁਰਗ ਦੇ ਚਿਹਰੇ 'ਤੇ ਮੁਸਕਰਾਹਟ ਫੈਲ ਗਈ। ਅੱਛਾ ਤੁਸੀਂ ਆਓ ਆਓ ਅੰਦਰ ਆ ਜਾਓ।
ਕਮਰੇ ਵਿੱਚ ਨਾ ਮਾਤਰ ਜਿਹਾ ਹੀ ਚਾਨਣ ਸੀ। ਕੰਧ ਨਾਲ ਲੱਗੇ ਦੀਵਾਨ ਬੈੱਡ 'ਤੇ ਕੋਈ ਲੇਟਿਆ ਹੋਇਆ ਸੀ। ਦੀਵਾਨ ਦੇ ਨਾਲ ਹੀ ਦੋ ਕੁਰਸੀਆਂ ਅਤੇ ਦੋ ਮੂੜੇ ਰੱਖੇ ਹੋਏ ਸੀ। ਇਸ ਤੋਂ ਪਹਿਲਾਂ ਸੁਖਪ੍ਰੀਤ ਜਾਂ ਸੁਕੀਰਤ ਕੁਝ ਕਹਿੰਦੇ, ਇੱਕ ਔਰਤ ਦੀ ਮੁਰਦਲ ਜਿਹੀ ਆਵਾਜ਼ ਕਮਰੇ ਵਿੱਚੋਂ ਸੁਣਾਈ ਦਿੱਤੀ, ਜਿਸ ਦੇ ਸ਼ਬਦ ਸੁਖਪ੍ਰੀਤ ਅਤੇ ਸੁਕੀਰਤ ਨੂੰ ਸਮਝ ਨਹੀਂ ਸਨ ਆਏ। ਬਜ਼ੁਰਗ ਨੇ ਕਮਰੇ ਦੀ ਲਾਈਟ ਜਗਾ ਦਿੱਤੀ ਤਾਂ ਕਮਰੇ ਦੀ ਹਰ ਚੀਜ਼ ਸਾਫ਼ ਸਾਫ਼ ਦਿਖਣ ਲੱਗੀ। ਔਰਤ ਫਿਰ ਕੁਝ ਬੋਲੀ, ਪਰ ਉਸਦਾ ਇਸ਼ਾਰਾ ਆਪਣੇ ਪਤੀ ਵੱਲ ਸੀ। ਇਹ ਪੁੱਛ ਰਹੀ ਆ ਕਿ ਕੌਣ ਆਇਆ? ਪਿਛਲੇ ਇੱਕ ਸਾਲ ਤੋਂ ਅਧਰੰਗ ਹੈ ਇਸ ਨੂੰ, ਬੈੱਡ 'ਤੇ ਪਈ ਰਹਿੰਦੀ ਆ। ਕਹਿੰਦੇ ਹੋਏ ਉਹ ਬਜ਼ੁਰਗ ਪਤਨੀ ਦੇ ਸਿਰਾਣੇ ਵਾਲੇ ਪਾਸੇ ਬੈਠ ਗਿਆ। ਉਦੋਂ ਤੱਕ ਸੁਕੀਰਤ ਅਤੇ ਸੁਖਪ੍ਰੀਤ ਵੀ ਕੁਰਸੀਆਂ 'ਤੇ ਬੈਠ ਚੁੱਕੇ ਸੀ। ਹਾਂ ਦੇਖ, ਪਰੀ ਦੇ ਮੰਮੀ ਪਾਪਾ ਆਏ ਹਨ, ਉਸ ਬਜ਼ੁਰਗ ਨੇ ਆਪਣੀ ਪਤਨੀ ਨੂੰ ਥੋੜ੍ਹਾ ਉੱਚੀ ਆਵਾਜ਼ ਵਿੱਚ ਕਿਹਾ। ਬਜ਼ੁਰਗ ਔਰਤ ਨੇ ਲੇਟੇ ਲੇਟੇ ਹੀ ਗਰਦਨ ਘੁਮਾ ਕੇ ਉਹਨਾਂ ਦੋਨਾਂ ਵੱਲ ਵੇਖਿਆ ਅਤੇ ਅੱਛਾ ਅੱਛਾ ਕਿਹਾ, ਜਿਸ ਨੂੰ ਸਿਰਫ ਉਸਦਾ ਬਜ਼ੁਰਗ ਪਤੀ ਹੀ ਸਮਝ ਸਕਿਆ ਸੀ। ਔਰਤ ਨੇ ਫਿਰ ਕੁਝ ਪੁੱਛਿਆ, ਸ਼ਬਦਾਂ ਦੀ ਜਗ੍ਹਾ ਮੂੰਹ ਵਿੱਚੋਂ ਜਿਵੇਂ ਫੂ ਕੇ ਨਿਕਲ ਰਹੀ ਸੀ। ਉਸਦੇ ਪਤੀ ਨੇ ਸਾਡੇ ਵੱਲ ਦੇਖਦਿਆਂ ਕਿਹਾ, ਇਹ ਪੁੱਛ ਰਹੀ ਆ ਕਿ ਪਰੀ ਨੂੰ ਨਾਲ ਨਹੀਂ ਲੈ ਕੇ ਆਏ? ਸੁਕੀਰਤ ਅਤੇ ਸੁਖਪ੍ਰੀਤ ਨੇ ਇੱਕ ਦੂਜੇ ਵੱਲ ਵੇਖਿਆ ਅਤੇ ਕਿਹਾ ਕਿ ਨਹੀਂ, ਕੱਲ੍ਹ ਮੈਂ ਤੁਹਾਡੀ ਬੇਟੀ ਦੀ ਫੋਟੋ ਆਪਣੇ ਮੋਬਾਈਲ ਫੋਨ ਵਿੱਚੋਂ ਇਸ ਨੂੰ ਦਿਖਾਈ ਤਾਂ ਇਹ ਬਹੁਤ ਖੁਸ਼ ਹੋਈ। ਕਹਿਣ ਲੱਗੀ, ਇਹ ਤਾਂ ਬਿਲਕੁਲ ਆਪਣੀ ਪਰੀ ਵਰਗੀ ਆ। ਬਜ਼ੁਰਗ ਨੇ ਭਿੱਜੀਆਂ ਹੋਈਆਂ ਪਲਕਾਂ ਨੂੰ ਸਾਫ਼ ਕਰਦੇ ਹੋਏ ਕਿਹਾ ਅਤੇ ਫਿਰ ਬਜ਼ੁਰਗ ਨੇ ਨਾਲ ਵਾਲੀ ਕੰਧ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ਇਹ ਹੈ ਸਾਡੀ ਪਰੀ। ਦੀਵਾਰ 'ਤੇ ਇੱਕ ਜੋੜਾ 2-2.5 ਸਾਲ ਦੀ ਬੱਚੀ ਨੂੰ ਲੈ ਕੇ ਮੁਸਕਰਾਉਂਦੇ ਹੋਏ ਫੋਟੋ ਵਿੱਚ ਖੜਾ ਸੀ। ਇਹ ਤੁਹਾਡੇ ਨੂੰਹ ਪੁੱਤ ਅਤੇ ਪੋਤੀ ਹਨ? ਸੁਕੀਰਤ ਦੇ ਮੂੰਹੋਂ ਬਹੁਤ ਹੀ ਮੁਸ਼ਕਲ ਨਾਲ ਸ਼ਬਦ ਨਿਕਲੇ ਸਨ। ਹਾਂ ਹਾਂ, ਬਿਲਕੁਲ ਠੀਕ ਪਹਿਚਾਣਿਆ ਤੁਸੀਂ ਬੇਟਾ, ਬਜ਼ੁਰਗ ਨੇ ਚਹਿਕਦਿਆਂ ਕਿਹਾ, ਹੈ ਨਾ ਸਾਡੀ ਪਰੀ ਤੁਹਾਡੀ ਬੇਟੀ ਦੀ ਤਰ੍ਹਾਂ। ਬਜ਼ੁਰਗ ਦਾ ਚਿਹਰਾ ਖਿੜ ਗਿਆ ਸੀ। ਪਰ ਇਹ ਕੀ, ਇਹ ਸਭ ਤੁਹਾਡੇ ਨਾਲ ਨਹੀਂ ਰਹਿੰਦੇ? ਸੁਖਪ੍ਰੀਤ ਨੇ ਚੁੱਪ ਤੋੜਦੇ ਹੋਏ ਕਿਹਾ। ਇਸ 'ਤੇ ਬਜ਼ੁਰਗ ਦਾ ਖਿੜਿਆ ਹੋਇਆ ਚਿਹਰਾ ਇੱਕਦਮ ਮੁਰਝਾ ਗਿਆ, ਉਸਦੀਆਂ ਅੱਖਾਂ ਭਿੱਜ ਗਈਆਂ। ਬੇਟਾ, ਹੁਣ ਇਹ ਤਿੰਨੋਂ ਉੱਥੇ ਚਲੇ ਗਏ ਹਨ ਜਿੱਥੋਂ ਕੋਈ ਵਾਪਸ ਨਹੀਂ ਮੁੜਦਾ। ਮਤਲਬ? ਸੁਕੀਰਤ ਅਤੇ ਸੁਖਪ੍ਰੀਤ ਇਕੱਠੇ ਬੋਲੇ, ਬੇਟਾ ਪਿੰਡੋਂ ਸ਼ਹਿਰ ਆਏ ਸੀ, ਸਭ ਕੁਝ ਵੇਚ ਵੱਟ ਕੇ, ਨੂੰਹ ਪੁੱਤ ਅਤੇ ਪੋਤੀ ਦੇ ਨਾਲ ਆਖਰੀ ਦਿਨ ਬਿਤਾਉਣ ਦੇ ਲਈ। ਪਰ ਪਤਾ ਨਹੀਂ, ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਹਿਲਾਂ ਤੇਰੀ ਆਂਟੀ ਨੂੰ ਅਧਰੰਗ ਹੋ ਗਿਆ, ਫਿਰ ਇੱਕ ਐਕਸੀਡੈਂਟ ਵਿੱਚ ਨੂੰਹ ਪੁੱਤ ਅਤੇ ਸਾਡੀ ਪਰੀ, ਅਸੀਂ ਸਭ ਕੁਝ ਗਵਾ ਦਿੱਤਾ। ਜ਼ਿੰਦਗੀ ਬੋਝ ਲੱਗਣ ਲੱਗਦੀ ਆ, ਪਰ ਜਿਉਣਾ ਤਾਂ ਪੈਣਾ ਏ। ਇਹ ਮੇਰੀ ਪਤਨੀ, ਮੇਰੀ ਜੀਵਨ ਸਾਥਣ, ਇਸ ਨੂੰ ਇਕੱਲੇ ਕਿਵੇਂ ਛੱਡ ਦੇਵਾਂ? ਅਸੀਂ ਤਾਂ ਖੁਸ਼ ਹੋ ਰਹੇ ਸੀ ਕਿ ਇੱਥੇ ਪੁੱਤ ਦੇ ਫਲੈਟ ਵਿੱਚ ਰਹਿਣ ਆ ਗਏ, ਉਸ ਕਿਰਾਏ ਦੇ ਮਕਾਨ ਨੂੰ ਛੱਡ ਕੇ। ਕਿਸਮਤ ਦੇਖੋ, ਮੈਨੂੰ ਉਸ ਦਿਨ ਬੇਟੀ ਦੇ ਹੱਥ ਵਿੱਚ ਪਰੀ ਦਿਖਾਈ ਦਿੱਤੀ ਤਾਂ ਇਸ ਤਰ੍ਹਾਂ ਲੱਗਿਆ ਜਿਵੇਂ ਕਿਸੇ ਨੇ ਰੇਗਿਸਤਾਨ ਵਿੱਚ ਕਿਸੇ ਪਿਆਸੇ ਨੂੰ ਪਾਣੀ ਦੇ ਦਿੱਤਾ ਹੋਵੇ। ਜਦੋਂ ਮੈਂ ਤੁਹਾਡੇ ਆਂਟੀ ਨੂੰ ਦੱਸਿਆ ਤਾਂ ਇਹ ਪਰੀ ਨੂੰ ਦੇਖਣ ਦੀ ਜ਼ਿੱਦ ਕਰਨ ਲੱਗੀ ਤਾਂ ਮੈਂ ਤੁਹਾਡੇ ਨਾਲ ਉਸਦੀ ਇੱਕ ਫੋਟੋ ਖਿੱਚ ਕੇ ਮੋਬਾਈਲ ਫੋਨ 'ਤੇ ਦਿਖਾਈ ਤਾਂ ਇਹ ਬਹੁਤ ਖੁਸ਼ ਹੋਈ। ਮਹੀਨਿਆਂ ਬਾਅਦ ਉਸਦੇ ਚਿਹਰੇ 'ਤੇ ਮੁਸਕਰਾਹਟ ਆਈ ਸੀ। ਕਹਿੰਦੇ ਹੋਏ ਬਜ਼ੁਰਗ ਚੁੱਪ ਹੋ ਗਿਆ। ਉਦੋਂ ਤੱਕ ਸੁਖਪ੍ਰੀਤ ਅਤੇ ਸੁਕੀਰਤ ਦੋਨਾਂ ਨੇ ਖੜ੍ਹੇ ਹੋ ਕੇ ਜਾਣ ਲਈ ਕਿਹਾ। ਚੱਲਣ ਲੱਗੇ
ਤਾਂ ਬਜ਼ੁਰਗ ਔਰਤ ਕੁਝ ਕਹਿਣ ਲੱਗੀ। ਦੋਨਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਬਜ਼ੁਰਗ ਬੋਲਿਆ, ਇਹ ਪੁੱਛਦੀ ਆ ਕਿੱਥੇ ਜਾ ਰਹੇ ਹੋ? ਚਾਹ ਮਾਂ ਨੂੰ ਕਹੋ, ਉਹਨਾਂ ਨਾਲ ਉਹਨਾਂ ਦੀ ਪੋਤੀ ਨੂੰ ਮਿਲਾਉਣ ਲਈ ਉਹਨਾਂ ਦੇ ਨੂੰਹ ਪੁੱਤ ਵਾਪਸ ਆ ਰਹੇ ਹਨ। ਸੁਖਪ੍ਰੀਤ ਤੇ ਸੁਕੀਰਤ ਨੇ ਜਦੋਂ ਇੰਨਾ ਕਿਹਾ, ਦੋਨਾਂ ਬਜ਼ੁਰਗਾਂ ਦੀਆਂ ਅੱਖਾਂ ਨਮ ਹੋ ਗਈਆਂ ਸੀ। ਦੋਨਾਂ ਦੇ ਹੱਥ ਆਸ਼ੀਰਵਾਦ ਦਿੰਦੇ ਹੋਏ ਉੱਪਰ ਨੂੰ ਹੋ ਗਏ। ਸੋ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਹਨ। ਹਮੇਸ਼ਾ ਇੱਕ ਨੂੰ ਦੇਖ ਕੇ ਗਲਤ ਕਿਆਸਰਾਈਆਂ ਕਦੇ ਨਹੀਂ ਲਾਉਣੀਆਂ ਚਾਹੀਦੀਆਂ। ਤੁਹਾਡਾ ਕੀ ਕਹਿਣਾ ਹੈ, ਆਪਣੇ ਵਿਚਾਰ ਜ਼ਰੂਰ ਲਿਖ ਕੇ ਦੱਸਿਓ। ਚੰਗੀ ਲੱਗੀ ਕਹਾਣੀ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤਾਂ ਨਾਲ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ।